ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿੰਟ ਸ਼ਾਰਟਲੇ ਵਿੱਚ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਸ ਦੀ ਤਰ੍ਹਾਂ ਹੀ ਲੰਘੇ ਕੱਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਮੌਸਮ ਸੋਹਣਾ ਰਿਹਾ ਧੁੱਪਰ ਖੜੀ ਰਹੀ ਆ ਮੌਸਮ ਬਿਲਕੁਲ ਸਾਫ਼ ਰਿਹਾ ਰਾਤ ਦੇ ਵੇਲੇ ਹੌਲੀ 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 ਠੰਡ ਵੱਧ ਰਹੀ ਆ ਤੇ ਇਹ ਠੰਡ 25 ਨਵੰਬਰ ਤੋਂ ਬਾਅਦ ਕਹਿੰਦੇ ਆ ਕਿ ਇਕਦਮ ਵਧਣੀ ਆ ਜੇ ਪੰਜਾਬ ਦੇ ਵਿੱਚ ਕੜੀਆਂ ਪੈ ਗਈਆਂ ਤਾਂ ਇਹ ਇਕਦਮ ਵਧੂ ਨਹੀਂ ਤਾਂ ਇਹਨਾਂ ਹੌਲੀ ਹੌਲੀ ਹੌ ਇਸ ਤਰੀਕੇ ਨਾਲ ਵਾਧੇ ਰਹਿਣਾ ਕਿਉਂਕਿ ਵੈਸੇ ਜਦੋਂ ਮੈਂ ਪਿਛਲੇ ਵਰਿਆਂ ਦੇ ਨਾਲ ਮੁਕਾਬਲਾ ਕਰਦਾ ਤੁਲਨਾ ਕਰਦਾ ਤਾਂ ਪਿਛਲੇ ਵਰਿਆਂ ਦੇ ਵਿੱਚ ਨਵੰਬਰ ਮਹੀਨੇ ਤੋਂ ਪਹਿਲਾਂ ਠੰਡ ਪੈਣੀ ਸ਼ੁਰੂ ਹੋ ਜਾਂਦੀ ਸੀ ਅਕਤੂਬਰ ਦੇ ਦੂਜੇ ਤੀਜੇ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਠੰਡ ਦੀ ਆਮਦ ਹੋ ਜਾਂਦੀ ਸੀ ਨਵੰਬਰ ਮਹੀਨੇ ਵਿੱਚ ਪੂਰੀ ਜ਼ੋਰਦਾਰ ਠੰਡ ਸੀ ਹੁਣ ਨਵੰਬਰ ਦਾ ਤੀਜਾ ਹਫ਼ਤਾ ਚੱਲ ਰਿਹਾ ਪਰ ਉਨੀ ਠੰਡ ਨਹੀਂ ਪੈ ਰਹੀ ਦਿਨ ਦੇ ਵੇਲੇ ਕੋਟੀ ਪਾਉਣ ਦੀ ਲੋੜ ਨਹੀਂ ਹੁੰਦੀ ਰਾਤ ਦੇ ਵੇਲੇ ਕੋਟੀ ਸਵੈਟਰ ਜੈਕਟ ਪਾਉਣ ਦੀ ਜ਼ਰੂਰਤ ਪੈਂਦੀ ਆ ਰਾਤ ਦੇ ਵੇਲੇ ਲੋਕ ਥੋੜੀ ਜਿਹੀ ਠੰਡ ਮਹਿਸੂਸ ਕਰਦੇ ਆ ਸੋ ਰੁੱਤਾਂ ਬਦਲ ਗਈਆਂ ਮੌ ਬੰਦੇ دیਵਾਂਗੀ ਬੰਦਾ ਬਹੁਤ ਬਦਲਿਆ ਉਹਨੇ ਕੁਦਰਤ ਦੇ ਨਾਲ ਖਿਲਵਾੜ ਕੀਤਾ ਤੇ ਕੁਦਰਤ ਨੇ ਵੀ ਆਪਣਾ ਜਲਵਾ ਫਿਰ ਦਿਖਾਇਆ ਸੋ ਬੰਦਾ ਬੰਦਾ ਬਣੇ ਤੇ ਕੁਦਰਤ ਆਪਣਾ ਜਲਵਾ ਸਹੀ ਤਰੀਕੇ ਨਾਲ ਪੇਸ਼ ਕਰੇ ਤੇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਅਸੀਂ ਇਸ ਸ਼ਬਦ ਦੇ ਅਸੀਂ ਗੁਰਬਾਣੀ ਦੀਆਂ ਇਹਨਾਂ ਸਤਰਾਂ ਦੇ ਉੱਤੇ 20 ਅਮਲ ਕਰੀਏ ਜੋ ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਅਸੀਂ ਉਹਨੂੰ ਮਨ ਮੰਦਰ ਦੇ ਵਿੱਚ ਵਸਾ ਕੇ ਚੱਲ ਗਏ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਇਸ ਵੇਲੇ ਗੁਰਮੀਤ ਰਾਮ ਰਹੀਮ ਦੇ ਵੱਲੋਂ T20 ਫਾਰਮੈਟ ਦੀ ਸ਼ੁਰੂਆਤ ਕਰਨ ਦੇ ਦਾਅਵੇ ਨਾਲ ਸੰਬੰਧਿਤ ਪਰ ਉਸ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਦੇਣੀ ਬਣਦੀ ਹੈ ਲੱਗੇ ਕੱਲ ਇੱਕ ਮਸਲਾ ਹੱਲ ਹੋ ਗਿਆ ਮਸਲਾ ਕਿਹੜਾ ਪੱਛਮੀ ਬੰਗਾਲ ਦੇ ਵਿੱਚ ਇੱਕ ਸ਼੍ਰੀਕਾਂਤ ਦਿੱਤਾ ਨਾਮ ਦਾ ਵਿਅਕਤੀ ਹੈ ਜਿਹਦਾ ਕਿ ਰਾਸ਼ਨ ਕਾਰਡ ਦੇ ਵਿੱਚ ਨਾਮ ਗਲਤ ਕਰ ਦਿੱਤਾ ਗਿਆ ਪਹਿਲਾਂ ਸ਼੍ਰੀਕਾਂਤ ਦਿੱਤਾ ਨਹੀਂ ਸੀ ਤਾਂ ਸ਼੍ਰੀਕਾਂਤ ਮੰਡਲ ਲਿਖ ਦਿੱਤਾ ਗਿਆ ਉਹਨੇ ਫਿਰ ਅਪਲੀਕੇਸ਼ਨ ਦਿੱਤੀ ਕਈ ਹਫ਼ਤੇ ਬਾਅਦ ਉਹਦਾ ਨਾਮ ਫਿਰ ਬਦਲਿਆ ਗਿਆ ਉਹ ਫਿਰ ਗਲਤ ਲਿਖਤਾ ਉਹਨੇ ਤੀਜੀ ਵਾਰ ਅਪਲੀਕੇਸ਼ਨ ਦਿੱਤੀ ਉਹਦਾ ਨਾਂ ਪਰ ਸ਼੍ਰੀ ਕਾਂਤ ਕੁੱਤਾ ਲਿਖ ਦਿੱਤਾ ਗਿਆ ਤੇ ਫਿਰ ਉਹਨੂੰ ਗੁੱਸਾਇਆ ਉਹ ਇੱਕ ਦਿਨ ਫੇਰ ਗਿਆ ਉਥੇ ਦਫ਼ਤਰ ਦੇ ਵਿੱਚ ਉਹਦੀ ਕਿਸੇ ਅਧਿਕਾਰੀ ਦੀ ਗੱਲ ਨਹੀਂ ਸੁਣੀ ਉਸੇ ਵੇਲੇ ਵੀਡੀਓ ਆਪਣੀ ਗੱਡੀ ਦੇ ਵਿੱਚ ਬੈਠ ਕੇ ਕਿਤੇ ਜਾਣ ਲੱਗਾ ਸੀ ਤੇ ਫਿਰ ਸ਼੍ਰੀ ਕਾਂਤ ਦਿੱਤਾ ਜਿਹਨੂੰ ਉਹ ਕੁੱਤਾ ਬਣਾ ਦਿੱਤਾ ਗਿਆ ਕਾਗਜ਼ਾਂ ਦੇ ਵਿੱਚ ਉਹਨੇ ਫਿਰ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਉਹਨੇ ਤਾਂ ਕਿ ਦਾ ਕੋਈ ਸ਼ੀਸ਼ਾ ਥੱਲੇ ਸੀਗਾ ਫਿਰ ਉਹਨੇ ਭੌਂਕ ਕੇ ਉਹਨੇ ਕੁੱਤੇ ਵਾਲੀ ਐਕਟਿੰਗ ਕਰਕੇ ਤੇ ਫਿਰ ਉਹਨੂੰ ਚੜਾਇਆ ਉਸ ਅਧਿਕਾਰੀ ਨੂੰ ਤੇ ਬਾਅਦ ਦੇ ਵਿੱਚ ਜਦੋਂ ਜਲੂਸ ਨਿਕਲਣ ਲੱਗਾ ਅਧਿਕਾਰੀ ਦਾ ਵੀ ਸਬੰਧਤ ਵਿਭਾਗਾਂ ਦਾ ਉਹਨਾਂ ਨੇ ਫਿਰ ਸ਼੍ਰੀਕਾਂਤ ਕੁੱਤਾ ਨੂੰ ਕਟ ਕੇ ਸ਼੍ਰੀਕਾਂਤ ਦੱਤਾ ਕਰ ਦਿੱਤਾ ਯਾਨੀ ਕਿ ਇੱਕ ਬੰਦੇ ਨੂੰ ਆਪਣਾ ਨਾਂ ਜਿਹੜਾ ਕਿ ਵਿਭਾਗੀ ਗਲਤੀ ਦੇ ਕਰਕੇ ਇਹੋ ਜਿਹਾ ਕੁਝ ਹੋਇਆ ਵਿਭਾਗ ਨੇ ਗਲਤੀ ਕੀਤੀ ਬੰਦੇ ਦੀ ਕੋਈ ਗਲਤੀ ਨਹੀਂ ਉਹਨੂੰ ਆਪਣਾ ਨਾਂ ਠੀਕ ਕਰਵਾਉਣ ਦੇ ਲਈ ਕਈ ਮਹੀਨੇ ਵੀ ਲੱਗੇ ਆ ਕੁੱਤੇ ਤੋਂ ਦੱਤਾ ਤੱਕ ਦਾ ਉਹਨੇ ਸਫ਼ਰ ਵੀ ਕੀਤਾ ਤੈ ਤੇ ਉਹਨੂੰ ਆਪਦਾ ਜਲੂਸ ਵੀ ਕਢਵਾਉਣਾ ਪਿਆ ਉਹਨੂੰ ਕੁੱਤੇ ਦੀ ਐਕਟਿੰਗ ਕਰਕੇ ਸੁੱਤੇ ਪਿਆ ਨੂੰ ਜਗਾਉਣਾ ਪਿਆ ਉਹਨਾਂ ਦੀ ਜ਼ਮੀਰ ਨੂੰ ਹਿਲਾਉਣਾ ਦੇਣਾ ਪਿਆ ਇਹ ਵੀ ਸਾਡੇ ਭਾਰਤ ਦੇ ਵਿੱਚ ਹੀ ਹੁੰਦਾ ਗਲਤੀ ਕਿਸੇ ਦੀ ਠਮਿਆ ਜਾ ਕੋਈ ਭੁਗਤੇ ਗਲਤੀ ਕੋਈ ਕਰਦਾ ਨਤੀਜਾ ਕੋਈ ਭੁਗਤੇ ਅਸੀਂ ਅਕਸਰ ਦੇਖਦੇ ਹਾਂ ਕਿਸੇ ਦੇ ਜਨਮਦਨ ਦੇ ਸਰਟੀਫਿਕੇਟ ਦੇ ਵਿੱਚ ਕੋਈ ਗਲਤੀ ਕਰਤੀ ਡੀਡਬਲਯੂਈ ਦੀ ਸਾਡੇ ਉੱਤੇ ਡੀਆਈਪੀ ਦੀ ਲਿਖਤਾ ਬਾਅਦ ਵਿੱਚ ਕੌਣ ਜੁੱਤੀਆਂ ਘਸਾਉਂਦਾ ਆਮ ਬੰਦਾ ਜਿਹਦੀ ਗਲਤੀ ਕੋਈ ਨਹੀਂ ਜਿਹਨੇ ਲਿਖ ਕੇ ਕੁਝ ਹੋਰ ਲਿਖਤਾ ਸੀ ਵਿਭਾਗ ਦੇ ਕੁਝ ਹੋਰ ਕਰਤਾ ਬਿਜਲੀ ਦਾ ਬਿੱਲ ਕਿਸੇ ਨੂੰ 2 ਲੱਖ ਰੁਪਈਆ ਆ ਗਿਆ ਕਿਸੇ ਨੂੰ 5 ਲੱਖ ਰੁਪਈਆ ਆ ਗਿਆ ਉਣਾ ਚਾਹੀਦਾ ਸੀ 2500 ਰੁਪਇਆ ਗਲਤੀ ਕਿਹਦੀ ਵਿਭਾਗ ਦੀ ਜੁੱਤੀਆਂ ਕਿਹਦੀਆਂ ਘਸਦੀਆਂ ਉਸ ਬੰਦੇ ਰਿੰਗਾ ਜਿਹੜਾ ਕਸੂਰ ਕੋਈ ਨਹੀਂ ਕਦੇ ਜੇਹੀ ਹੈ ਨਹੀਂ ਕਦੇ ਲਾਈਨਮੈਨ ਹੈ ਨਹੀਂ ਕਦੇ ਅਧਿਕਾਰੀ ਹੈ ਨਹੀਂ ਕੋਈ ਕਲਰਕ ਕਦੇ ਕੋਈ ਹੈ ਨਹੀਂ ਤੇ ਬਾਅਦ ਦੇ ਵਿੱਚ ਬੰਦੇ ਨੂੰ ਕਈ ਹਫ਼ਤੇ ਕਈ ਮਹੀਨੇ ਬਾਅਦ ਪਤਾ ਲੱਗਦਾ ਜੀ ਕਿ ਯਾਰ ਗਲਤੀ ਇਹਨਾਂ ਨੇ ਇੱਥੇ ਜੇ ਕੀਤੀ ਸੀ ਫਿਰ ਕੱਟ ਕੇ ਬਿੱਲ ਕਹਿ ਦਿੰਦੇ ਵੀ ਹਾਂ ਅਸਲ ਦੇ ਵਿੱਚ ਇਹਨਾਂ ਕੀਆ ਸੋ ਭਾਈ ਜੇਕਰ ਤੁਸੀਂ ਗਲਤੀ ਕੀਤੀ ਆ ਤਾਂ ਖਜਲ ਵੀ ਤੁਸੀਂ ਹੋਣੀ ਚਾਹੀਦੀ ਹੈ ਆਹ ਬਦਦਰੋ ਗਲਤੀ ਨਹੀਂ ਆ। ਸੋ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈ ਕਿ ਜੀ ਗੁਰਮੀਤ ਰਾਮ ਰਹੀਮ ਦੇ ਵੱਲੋਂ ਕੀਤੇ ਗਏ ਇੱਕ ਦਾਵੇ ਨਾਲ ਸੰਬੰਧਤ ਗੁਰਮੀਤ ਰਾਮ ਰਹੀਮ ਨੇ 25 ਤਰੀਕ ਤੱਕ ਜਾਨੀ ਕਿ 25 ਨਵੰਬਰ ਤੱਕ ਜੇਲ੍ਹ ਤੋਂ ਬਾਹਰ ਰਹਿਣਾ ਪੈਰੋਲ ਦੇ ਉੱਤੇ ਆ। 25 ਤਰੀਕ ਨੂੰ ਉਹਨੇ ਵਾਪਸ ਜੇਲ੍ਹ ਦੇ ਵਿੱਚ ਚਲੇ ਜਾਣਾ। ਪਰ ਉਸ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੇ ਗਾਣੇ ਵੀ ਕੱਢ ਲਏ। ਗੁਰਮੀਤ ਰਾਮ ਰਹੀਮ ਨੇ ਬੰਬੀਹਾ ਵੀ ਸੁਣ ਲਿਆ। ਗੁਰਮੀਤ ਰਾਮ ਰਹੀਮ ਨੇ ਆਪਣੇ ਭਗਤਾਂ ਦੇ ਲਈ ਪ੍ਰਚਾਰ ਵੀ ਕਰ ਲਿਆ। ਚਲੋ ਇਹ ਭਗਤਾਂ ਦੀ ਤੇ ਗੁਰਮੀਤ ਰਾਮ ਰਹੀਮ ਦੀ ਆਪਸੀ ਗੱਲ ਆ। ਪਰ ਕਈ ਵਾਰ ਕੋਈ ਅਲੋਕਾਰੀ ਗੱਲ ਵੀ ਹੋ ਜਾਂਦੀ ਹੈ। ਮੋਂ ਉਹਨਾਂ ਨੇ ਗੱਲ ਕਹੀ ਆ ਕਿ ਮੈਂ ਜਲਾ ਲਾਣਾ ਪਿੰਡ ਆ ਜਿਹੜਾ ਸਿਰਸੇ ਦੇ ਵਿੱਚ ਉੱਥੇ ਕ੍ਰਿਕਟ ਖੇਡੀ ਸੀ 24 ਸਾਲ ਪਹਿਲਾਂ ਉਦੋਂ ਮੈਂ T20 ਦੀ ਸ਼ੁਰੂਆਤ ਕੀਤੀ ਸੀ ਉਦੋਂ ਕੋਈ ਇਹ ਮੈਚ ਖੇਡ ਕੇ ਰਾਜ਼ੀ ਨਹੀਂ ਸੀ ਪਰ ਅੱਜ ਵੀ ਤਰੀਕੇ ਦੇ ਵਿੱਚ ਹਰ ਕੋਈ T20 ਦੀ ਗੱਲ ਕਰਦਾ ਇੱਕ ਹੋਰ ਗੱਲ ਕਹੀ ਆ ਅੱਜਕੱਲ ਸਿਕਸਰ ਚੱਲਦਾ ਵੀ ਇਹਨੇ ਸ਼ੱਕਾ ਮਾਰ ਦਿੱਤਾ ਉਹ ਕਹਿੰਦਾ ਜੀ ਕਿ ਅੱਠਾ ਵਜਾ ਕਰਨਾ ਉਹਦੇ ਸਮੇਂ ਚ ਅੱਠਾ ਇਹ ਨਾ ਤੁਸੀਂ ਸਮਝੋ ਵੀ ਭਾਈ ਇਹ ਗਲਤ ਗੱਲ ਆ ਆਉਂਦੇ ਸਮੇਂ ਦੇ ਵਿੱਚ ਜਿਹੜੀ ਗੇਂਦ ਮੈਦਾਨ ਤੋਂ ਪਾਰ ਹੋਇਆ ਕਰੂਗੀ ਉਹ 8 ਬਣ ਜਾ ਕਰਨਾ ਯਾਨੀ ਕਿ T20 T10 ਤੋਂ ਬਾਅਦ ਹੁਣ 8 ਦਾ ਦੌਰ ਆਉਣ ਵਾਲਾ ਤੇ ਆਪਾਂ ਜਾਣਦੇ ਆਂ ਵੀ ਇਸ ਗੱਲ ਦੇ ਉੱਤੇ ਕਈ ਲੋਕਾਂ ਨੇ ਕਿਹਾ ਜੀ ਕਿ ਜੋ ਪਿਤਾ ਜੀ ਕਹਿੰਦੇ ਉਤਾ ਨਹੀਂ ਆ। ਇਦਾਂ ਹੋ ਹੀ ਜਾਂਦਾ ਤੇ ਕੁਝ ਲੋਕ ਇਹ ਗੱਲ ਕਹਿੰਦੇ ਵੀ ਯਾਰ ਆ ਤਾਂ ਗੱਲ ਨਹੀਂ ਵਧੀਆ। ਇਦਾਂ ਤਾਂ ਹੋਇਆ ਨਹੀਂਗਾ। T20 ਦੀ ਗੱਲ ਕਿੱਥੋਂ ਚੱਲੀ ਤੇ ਗੁਰਮੀਤ 라ਵਰਹੀਮ ਹੋਰੀ ਕਹਿੰਦੇ ਵੀ ਭਾਈ ਇਹ ਤਾਂ ਆਪਾਂ ਸ਼ੁਰੂਆਤ ਕੀਤੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। T20 ਕ੍ਰਿਕਟ ਦਾ ਕਰੇਜ਼ ਕਿਸ ਤੋਂ ਲੁਕਿਆ ਨਹੀਂ ਹੈ। ਹੁਣੇ ਜੈ ਵਿਸ਼ਵ ਕੱਪ ਹੋਇਆ ਤੇ ਭਾਰਤੀ ਟੀਮ ਹੁਣ ਨਿਊਜ਼ੀਲੈਂਡ ਦੇ ਦੌਰੇ ਦੇ ਉੱਤੇ ਆ ਤੇ ਉੱਥੇ ਟੀ20 ਕ੍ਰਿਕਟ ਖੇਡ ਰਹੀ ਆ ਪਰ ਇਹ ਟੀ20 ਕ੍ਰਿਕਟ ਪਹਿਲੀ ਵਾਰ ਕਦੋਂ ਤੇ ਕਿੱਥੇ ਸ਼ੁਰੂ ਹੋਈ ਭਾਵੇਂ ਕਿਸੇ ਨੂੰ ਨਾ ਪਤਾ ਹੋਵੇ ਪਰ ਡੇਰਾ ਸੱਚਾ ਸੋਧ ਦੇ ਮੁਖੀ ਗੁਰਮੀਤ RAM ਰਹੀਮ ਨੇ ਬਟਾ ਦਾਵਾ ਕਰ ਦਿੱਤਾ ਹੈ ਦਰਅਸਲ ਗੁਰਮੀਤ RAM ਰਹੀਮ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਸਨੇ ਦਾਵਾ ਕੀਤਾ ਕਿ ਉਸਨੇ T10 ਤੇ T20 ਦੀ ਸ਼ੁਰੂਆਤ ਕੀਤੀ ਹੈ ਦਸਰਾ ਬਣਦਾ ਹੈ ਕਿ ਗੁਰਮੀਤ RAM ਰਹੀਮ ਪੈਰੋਲ ਦੇ ਉੱਤੇ ਆ ਤੇ ਵੀਡੀਓ ਆਨਲਾਈਨ ਸਾਹਮਣੇ ਆਇਆ ਜਿਹਦੇ ਵਿੱਚ ਹਰਿਆਣਾ ਦੇ सिरसा ਸਥਿਤ ਡੇਰਾ ਸੱਚਾ ਸੌਦਾ ਮੁਖੀ ਨੇ ਦਾਵਾ ਕੀਤਾ ਕਿ T20 ਤੇ T10 ਦੀ ਕ੍ਰਿਕਟ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਦਸਣਯੋਗ ਹੈ ਕਿ ਆਨਲਾਈਨ ਸਤਸੰਗ ਸਮਾਰੋਹ ਦੇ ਵਿੱਚ ਗੁਰਮੀਤ ਰਾਮ ਨੇ ਕਿਹਾ ਕਿ 24 ਸਾਲ ਪਹਿਲਾਂ ਉਹਨੇ सिरसा ਦੇ ਪਿੰਡ ਜਲਾਲਾਨਾਂ ਦੇ ਵਿੱਚ T20 ਤੇ T10 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ ਉਦੋਂ ਵੱਡੇ ਖਿਡਾਰੀ ਕਹਿੰਦੇ ਸਨ ਕਿ ਇਹ ਕੋਈ ਕ੍ਰਿਕਟ ਹੈ ਪਹਿਲਾਂ ਕੋ ਖੇਡਣ ਵਾਸਤੇ ਆਉਂਦਾ ਨਹੀਂ ਸੀ ਤੇ ਅੱਜ ਇਹਨੂੰ ਪੂਰੀ ਦੁਨੀਆ ਨੇ ਅਪਣਾ ਲਿਆ ਜ਼ਿਕਰਯੋਗ ਹੈ ਕਿ ਇਹ ਵੀਡੀਓ ਬੇਹੱਦ ਵਾਇਰਲ ਹੋ ਰਿਹਾ ਹੈ ਤੇ ਇਹ ਵੀ ਗੱਲ ਵਿੱਚ ਕਹੀ ਜਾ ਰਹੀ ਹੈ ਕਿ ਪਹਿਲਾਂ ਅਠਾ ਯਾਨੀ ਕਿ ਅੱਠ ਦੌੜਾਂ ਵੀ ਹੁੰਦੀਆਂ ਸਨ ਜੇਦ ਨੂੰ ਸਟੇਡੀਅਮ ਦੇ ਪਾਰ ਪਹੁੰਚਾਉਣ ਦੇ ਲਈ ਅੱਠ ਦੌੜਾਂ ਮਿਲਦੀਆਂ ਸਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਠਾ ਛੱਕੇ ਦੇ ਉੱਤੇ ਭਾਰੀ ਪਵੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰ ਬੰਦੇ ਦੀ ਕਿਤਨੇ ਕਿਤੇ ਆਸਥਾ ਜੁੜੀ ਹੁੰਦੀ ਹੈ ਇੰਨੇ ਦੋਸ਼ ਲੱਗਣ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਦੀ ਆਸਥਾ ਗੁਰਮੀਤ ਰਾਵਰਹੀਮ ਦੇ ਵਿੱਚ ਹੈ ਉਹਨਾਂ ਨੂੰ ਕੁਝ ਲੱਭਦਾ ਹੋਊਗਾ ਉਹ ਤਾਂ ਜੁੜੇ ਹੋਣਗੇ ਕਈ ਗੱਲੇ ਕਿ ਇਹ ਅੰਧਵਿਸ਼ਵਾਸ ਹੈ ਕੋਈ ਬੰਦਾ ਇਹ ਗੱਲ ਕਹਿਣਾ ਵੀ ਨਹੀਂ ਇਹ جنੂਨ ਆ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਆ ਅਸੀਂ ਇਸ ਪ੍ਰਸੰਗ ਦੇ ਵਿੱਚ ਨਹੀਂ ਪੈਦੇ ਪਰ ਇਹ ਗੱਲ ਮੈਨੂੰ ਅੰਧਵਿਸ਼ਵਾਸੀ ਜਿਹੀ ਲੱਗੀ ਐ ਤੇ ਇਹ ਗੱਲ ਮੈਨੂੰ ਥੋੜਾ ਜਿਹਾ ਕਫਜਾ ਵੀ ਲੱਗੀ ਐ ਕਿਉਂਕਿ T20 ਦੀ ਸ਼ੁਰੂਆਤ ਕਦੋਂ ਹੋਈ ਤੇ ਕਿੱਥੇ ਹੋਈ ਇਹ ਗੱਲ BCCI ਨੂੰ ਵੱਧ ਪਤਾ ਇਹ ਗੱਲ ਕਿਸੇ ਗੁਰਮੀਤ ਰਾਮ ਰਹੀਮ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਪਤਾ ਹੋਣੀ ਪਰ ਗੁਰਮੀਤ ਰਾਮ ਰਹੀਮ ਨੇ 24 ਸਾਲ ਪਹਿਲਾਂ ਦਾ ਦਾਵਾ ਕੀਤਾ ਕਿ ਭਾਈ ਇਹਦੀ ਖੋਜ ਵੀ ਆਪਾਂ ਹੀ ਕੀਤੀ ਇਹ ਤਿਆਰ ਵੀ ਆਪਾਂ ਹੀ ਕੀਤੀ ਤੇ ਖੇਡੀ ਵੀ ਪਹਿਲੀ ਵਾਰ ਆਪਾਂ ਹੀ ਤੇ ਭਾਈ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ 25 ਤਰੀਕ ਤੱਕ ਗੁਰਮੀਤ 라ਬ ਰਹੀਮ ਨੇ ਬਾਹਰ ਰਹਿਣਾ ਉਦੋਂ ਤੱਕ ਕਿਹੜੀਆਂ ਕਿਹੜੀਆਂ ਨਵੀਆਂ ਗੱਲਾਂ ਸਾਹਮਣੇ ਆਉਣੀਆਂ ਕੀ ਕੀ ਕੁਝ ਹੋਰ ਕਹਿਣਾ ਤੇ ਕੀ ਕੀ ਨਹੀਂ ਕਹਿਣਾ ਪਰ ਅਗਲੀ ਗੱਲ ਇਹ ਆ ਵੀ ਗੁਰਮੀਤ ਰਾਮ ਰਹੀਮ ਨੇ ਐਤ ਕੀ 40 ਦਿਨ ਦੀ ਪਰੋਲ ਦੇ ਵਿੱਚ ਸਭ ਕੁਝ ਉਹ ਕੀਤਾ ਜੋ ਕੁਝ ਉਹਨਾਂ ਦਾ ਮਨ ਕਰਦਾ ਸੀ ਹਰ ਗੱਲ ਉਹ ਕੀਤੀ ਭਾਵੇਂ ਉਹ ਆਨਲਾਈਨ ਪ੍ਰਚਾਰ ਆ ਭਾਵੇਂ ਗੀਤ ਲਿਖਣੇ ਭਾਵੇਂ ਗੀਤ ਗਾਉਣੇ ਭਾਵੇਂ ਵੀਡੀਓ ਬਣਾਉਣੇ ਭਾਵੇਂ ਕੋਈ ਹਾਸਾ ਠੱਠਾ ਕਰਨਾ ਭਾਵੇਂ ਉਹ ਟਰੈਕਟਰ ਚਲਾਉਣਾ ਤੇ ਭਾਵੇਂ ਕੋਈ ਹੋਰ ਕੰਮ ਕਾਜ ਕਰਨਾ ਸਾਰਾ ਨਿਠਕੇ ਕੰਮ ਕੀਤਾ ਇੱਕ ਪਾਸੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਵੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਕਿਉਂ ਮਿਲੀ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਦੇ ਵੱਲੋਂ ਇਹ ਸਾਰੇ ਕੋਈ ਨੂੰ ਨਜ਼ਰ ਅੰਦਾਜ਼ ਕਰਕੇ ਆਪਣਾ ਕੰਮ ਜਾਰੀ ਰੱਖਿਆ ਗਿਆ ਲੋਕਾਂ ਦੇ ਮੰਨਾਂ ਦੇ ਵਿੱਚ ਕੁਝ ਕਨੇ ਪਹਿਲਾਂ ਵੀ ਇਹ ਸਵਾਲ ਸੀ ਅਜ ਵੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਤੇ ਗੁਰਮੀਤ ਰਾਮ ਰਹੀਮ ਦੇ ਉੱਤੇ ਇੰਨੇ ਵੱਡੇ ਦੋਸ਼ ਲੱਗੇ ਆ ਇਸ ਦੇ ਬਾਵਜੂਦ ਰਿਹਾਈ ਸਾਲ ਦੇ ਵਿੱਚ ਤਿੰਨ ਤਿੰਨ ਵਾਰ ਕਿਵੇਂ ਹੋ ਜਾਂਦੀ ਹੈ ਉਹ ਕਿਹੜੇ ਕਾਰਨਾਂ ਜਿਹੜਾ ਕਰਕੇ 90 90 ਦਿਨ 365 ਦਿਨਾਂ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਬਾਹਰ ਵੀ ਰਹਿ ਲੈਂਦਾ ਸੋ ਸਭ ਦੀ ਮੰਨ ਦੇ ਵਿੱਚ ਸਵਾਲ ਆ ਇਹਨਾਂ ਸਵਾਲਾਂ ਨਾਲ ਸਿੱਟਕਾਰ ਕਰਦੇ ਆਂ ਪਰ ਇਹਨਾਂ ਸਵਾਲਾਂ ਦਾ ਕਦੇ ਉੱਤਰ ਨਿੱਠ ਕੇ ਮਿਲਿਆ ਨਹੀਂ ਪਰ ਹਾਂ ਹਰਿਆਣੇ ਦੇ ਜੇਲ੍ਹ ਮੰਤਰੀ ਦੇ ਵੱਲੋਂ ਤੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਵਾਰ-ਵਾਰ ਕਹੀ ਜਾਂਦੀ ਹੈ ਕਿ ਇਹ ਕੋਈ ਅਲੱਗ ਨਹੀਂ ਹੋ ਰਹਾ ਇਹ ਤਾਂ ਨਿਯਮੋਕ ਦੇ ਮੁਤਾਬਕ ਹੋ ਰਹਾ ਹੈ। ਅਸੀਂ ਨੇ ਕੋਈ ਜ਼ਿਆਰਤੀ ਥੋੜੀ ਕੀ ਹੈ ਅਸੀਂ ਨੇ ਕੋਈ ਰਿਆਇਤ ਵੀ ਨਹੀਂ ਕੀਤੀ ਸੋ ਉਹਨਾਂ ਦੇ ਆਪਣੇ ਤਰੀਕੇ ਸਮਝਾਉਣ ਦੇ ਪਰ ਲੋਕਾਂ ਦੇ ਮਨਾਂ ਵਿੱਚਲੇ ਸਵਾਲ ਵੀ ਗਲਤ ਨਹੀਂ। ਪੰਜਾਬ ਦੇ ਵਿੱਚ ਡੇਰੇਦਾਰ ਤੇ ਡੇਰਾਬਾਦ ਕਿਵੇਂ ਭਾਰੂ ਪਿਆ ਇਹਦੇ ਬਾਰੇ ਆਪਾਂ ਜਾਣਦੇ ਆਂ ਤੇ ਅੱਜ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਰੌਲਾ ਵਧ ਰਿਹਾ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਵੀ ਕਿਸੇ ਥਾਂ ਦੇ ਉੱਤੇ ਸਤਸੰਗ ਚੱਲ ਰਹੀ ਸੀ ਉੱਥੇ ਜਾ ਕੇ ਸਿੱਖ ਭਾਈਚਾਰੇ ਨੇ ਉਹਨੂੰ ਰੋਕਿਆ ਉੱਥੇ ਕਈ ਤਰ੍ਹਾਂ ਦਾ ਮਾਹੌਲ ਤਣਾਤਣੀ ਵਾਲਾ ਵੀ ਬਣਿਆ ਪੰਜਾਬ ਦੇ ਵਿੱਚ ਇਦਾਂ ਦਾ ਕਿਸੇ ਦਾ ਮਾਹੌਲ ਨਾ ਬਣੇ ਉਸ ਤੋਂ ਅਗਲੀ ਗੱਲ ਇੱਕ ਡੇਰਾ ਪ੍ਰੇਮੀ ਦਾ ਕਤਲ ਹੋਇਆ ਪ੍ਰਦੀਪ ਸਿੰਘ ਦਾ ਉਸ ਤੋਂ ਬਾਅਦ ਮਾਲਵੇ ਦੇ ਕਈ ਡੇਰਾ ਪ੍ਰੇਮੀਆਂ ਦੇ ਘਰਾਂ ਦੀ ਤੇ ਉਹਨਾਂ ਦੀ ਨਿੱਜੀ ਤੌਰ ਦੇ ਉੱਤੇ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਸੋ ਪੰਜਾਬ ਜਿਹੜਾ ਕਿ ਪਹਿਲਾਂ ਹੀ ਧਰਮਾਂ ਦੇ ਨਾਂ ਦੇ ਉੱਤੇ ਕਈ ਵਾਰ ਵੰਡਿਆ ਗਿਆ ਉਹਦੇ ਵਿੱਚ ਹੁਣ ਇਹੋ ਜਿਹਾਂ ਵੰਡਿਆ ਨਾ ਪੈਣ ਇੱਕ ਗੱਲ ਬੜੀ ਕਲੀਅਰ ਆ ਅਸੀਂ ਸਾਰੇ ਗੱਲ ਕਹਦੇ ਨੇ ਡੇਰੇ ਨਾਲ ਜੁੜੇ ਲੋਕ ਫਲਾਣੇ ਇਦਾਂ ਦੇ ਆ ਫਲਾਣੇ ਇਦਾਂ ਦੇ ਆ ਪੰਜਾਬ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਵੱਖ-ਵੱਖ ਡੇਰੇ ਨਾਲ ਜੁੜੇ ਆ ਭਾਵੇਂ ਉਹ ਕਿਤੇ ਵੀ ਜੁੜੇ ਆ ਹੈਗੇ ਪੰਜਾਬ ਦੇ ਵਾਸੀ ਆ ਉਹ ਸਾਡੇ ਆਪਣੇ ਭੈਣ ਭਰਾ ਸਾਨੂੰ ਇੱਕ ਦੂਜੇ ਦਾ ਸਤਿਕਾਰ ਵੀ ਕਰਨਾ ਪਊਗਾ ਤੇ ਇੱਕ ਦੂਜੇ ਦੇ ਧਰਮ ਦੀ ਕਦਰ ਵੀ ਕਰਨੀ ਪਊਗੀ ਇੱਕ ਦੂਜੇ ਦੀ ਨਿੱਜੀ ਤੌਰ ਦੇ ਉੱਤੇ ਸਤਿਕਾਰ ਦੀ ਭਾਵਨਾ ਵੀ ਪੈਦਾ ਕਰਨੀ ਪਊਗੀ ਜੇ ਅਸੀਂ ਜਿਵੇਂ ਕਿ ਵੱਡੇ ਹੋਏ ਆ ਇਹਦੇ ਵਿੱਚ ਵੰਡੀਆਂ ਹੋਰ ਵਧੀਆਂ ਗਈਆਂ ਤਾਂ ਫਿਰ ਪੰਜਾਬ ਦੇ ਵਿੱਚ ਕੋਈ ਸੁਲੱਖਣਾ ਸਮਾਉਣ ਦੀ ਸੰਭਾਵਨਾ ਨਹੀਂ ਪੰਜਾਬ ਜਿਹੜਾ ਕਿ ਪਹਿਲਾਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਦੇ ਉੱਤੇ ਵਰਗਾਂ ਦੇ ਨਾਂ ਤੇ ਰਾਜਨੀਤੀ ਦੇ ਨਾਂ ਦੇ ਉੱਤੇ ਵੰਡਿਆ ਪਿਆ ਉਹਦੇ ਵਿੱਚ ਵੰਡੀਆਂ ਖਤਮ ਕਰਨ ਦੀ ਲੋੜ ਹੈ ਇੱਕ ਪਾਸੇ ਆਪਾਂ ਜਾਣਦੇ ਕਿ ਪੰਜਾਬ ਦੇ ਵਿੱਚ ਚਰਚਾਂ ਦਾ ਪ੍ਰਚਾਰ ਬਹੁਤ ਹੋ ਰਿਹਾ ਈਸਾਈ ਭਾਈਚਾਰੇ ਦਾ ਪ੍ਰਚਾਰ ਬਹੁਤ ਹੋ ਰਿਹਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਕਿ ਅਸੀਂ ਨਟਕੇ ਪ੍ਰਚਾਰ ਕਰ ਲੈ ਤੁਸੀਂ ਵੀ ਕਰ ਲਓ ਅਸੀਂ ਇਹ ਗੱਲ ਕਹਿੰਨੇ ਵੀ ਭਾਈ ਤੁਸੀਂ ਗੁੰਮਰਾਹ ਕਰਕੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਨਾਲ ਜੋੜਦੇ ਆ ਫਿਰ ਵਿਚਾਰ ਉੱਥੇ ਆਪੋ ਆਪਣੇ ਆ ਮੇਰੀ ਬੇਨਤੀ ਦੀ ਤੌਰ ਦੇ ਉੱਤੇ ਇਹ ਆ ਕਿ ਅਸੀਂ ਪ੍ਰਚਾਰ ਕਰੀਏ ਨਟਕੇ ਸਾਡਾ ਕੰਮ ਪ੍ਰਚਾਰ ਕਰਨਾ ਹੋਣਾ ਚਾਹੀਦਾ ਸਾਡਾ ਕੰਮ ਵਿਖਾਵਾ ਕਰਨਾ ਨਹੀਂ ਹੋਣਾ ਚਾਹੀਦਾ ਸਾਡਾ ਕੰਮ ਗਲੈਮਰਾਇਜ਼ ਨਹੀਂ ਕਰਨਾ ਚਾਹੀਦਾ ਵੀ ਭਾਈ ਧਰਮ ਦੇ ਨਾਂ ਦੇ ਉੱਤੇ ਅਸੀਂ ਖੁਦ ਨੂੰ ਗਲੈਮਰਾਇਜ਼ ਕਰ ਰਹੇ ਹਾਂ ਵੀ ਭਾਈ ਆ ਦੇਖੋ ਜੀ ਮੈਂ ਤਾਂ ਐ ਕਰਦਾ ਮੈਂ ਵੱਧ ਕਰਦਾ ਮੈਂ ਘਟ ਕਰਦਾ ਨੀਵੀਂ ਪਾ ਕੇ ਆਪਦੇ ਕੰਮ ਦੇ ਵਿੱਚ ਲਟੇ ਰਹੇਗੇ ਆਪਣੀ ਲਕੀਰ ਵੱਡੀ ਕਰਦੇ ਜਾਗੇ ਤੇ ਫਿਰ ਗੱਲ ਆ ਪਰ ਅਸੀਂ ਲੜਦੇ ਵਾਧਾਂ ਤੇ ਅਸੀਂ ਕੰਮ ਘਟ ਕਰਦੇ ਆ ਅਸੀਂ ਪ੍ਰਚਾਰ ਵੱਧ ਕਰਦੇ ਆ ਕਿ ਮੈਂ ਠੋਕ ਦੇਣਾ ਤੇ ਮੈਂ ਆ ਕਰ ਦੇਣਾ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਲੰਘੇ ਕੱਲ ਜਗਜੀਤ ਸਿੰਘ ਡੱਲੇਵਾਲ ਖੁਰਾਂ ਦੀ ਸਿਹਤ ਦੇ ਵਿੱਚ ਵਿਗਾੜ ਪੈਦਾ ਹੋਇਆ ਖਬਰਾਂ ਮੀਡੀਆ ਦੇ ਵਿੱਚ ਆਈਆਂ ਕਿ ਜਿਹੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਹੋਰੀ ਜਿਨ੍ਹਾਂ ਦੇ ਵੱਲੋਂ ਕਿ ਚੋਣਾਂ ਦੇ ਮੌਕੇ ਇਹ ਵਿਚਾਰ ਰੱਖੇ ਗਏ ਸੀ ਕਿ ਭਾਈ ਅਸੀਂ ਗੈਰ ਰਾਜਨੀਤਕਾ ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਕਿਸਾਨ ਆਗੂ ਜਿਹੜੇ ਕਿ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਸੀ ਉਹਨਾਂ ਨੇ ਉੱਤੇ ਸਵਾਲ ਵੀ ਖੜੇ ਕੀਤੇ ਗਏ ਆ ਉਹਨਾਂ ਦੇ ਕੰਮ ਦੇ ਢੰਗ ਦੇ ਉੱਤੇ ਉਹਨਾਂ ਦੇ ਪ੍ਰਚਾਰ ਦੇ ਉੱਤੇ ਉਹਨਾਂ ਦੀ ਯੂਨੀਅਨ ਦੇ ਉੱਤੇ ਉਹਨਾਂ ਨੇ ਕਿਸਾਨ ਦੇ ਨਾਲ ਜੁੜੇ ਹੋਏ ਮਸਲਿਆਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਡੱਲੇਵਾਲ ਸਾਹਿਬ ਦੇ ਵੱਲੋਂ ਹੁਣ ਆਪਣਾ ਵੱਖਰਾ ਸੰਘਰਸ਼ ਛੇੜਿਆ ਗਿਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੂਬੇ ਦੀ ਸਰਕਾਰ ਦੇ ਵੱਲੋਂ ਜਿਹੜੀਆਂ ਮੰਗਾਂ ਬਣੀਆਂ ਗਈਆਂ ਉਹ ਜ਼ਮੀਨੀ ਤੌਰ ਦੇ ਉੱਤੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਇਸ ਕਰਕੇ ਉਹ ਪਿੰਡ ਟਹਿਣਾ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਾਡਾ ਪਿੰਡ ਟਹਿਣਾ ਜਿਹੜਾ ਉੱਥੇ ਉਹ ਹਾਈਵੇ ਦੇ ਉੱਤੇ ਆ ਕੇ ਬੈਠੇ ਆ ਜਿਹੜੀ ਥਾਂ ਤੋਂ ਪੁਲ ਦੇ ਉੱਤੇ ਲੀ ਪਾੜ ਕੇ ਤੇ ਹਾਈਵੇ ਦੇ ਉੱਤੇ ਚੜ੍ਹਦੀਆਂ ਬੱਸਾਂ ਕਾਰਾਂ ਟਰੱਕ ਹੋਰ ਵਿਕਲ ਉਹ ਉਸ ਥਾਂ ਦੇ ਉੱਤੇ ਬੈਠੇ ਆ ਤੇ ਬੇਸ਼ੱਕ ਉਹ ਅਸੀਂ ਇਹ ਚਾਹੁੰਦੇ ਜਿ ਕੋ ਰਣੀਆਂ ਮੰਗਾ ਬਣੀਆਂ ਜਾਣ ਸਾਰੀਆਂ ਮੰਗਾ ਪਰਵਾਨ ਹੋਣ ਪਰ ਇਹ ਗੱਲ ਵੀ ਸੱਚੀ ਹੈ ਕਿ ਉਥੇ ਧਰਨਾ ਲੱਗਾ ਹੁਣ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਰੇਸ਼ਾਨ ਹੁੰਦੇ ਆ ਪਰਸੋਂ ਮੈਂ ਆਪਣੇ ਪਿੰਡ ਦੇ ਵਿੱਚ ਜਾ ਕੇ ਆਇਆ ਤੇ ਲੋਕ ਆਪਣੀਆਂ ਕਾਰਾਂ ਜੀਪਾਂ ਬੱਸਾਂ ਟਰੱਕ ਹੋਰ ਹਰ ਵੀਕਲ ਜਿਹੜਾ ਉਹ ਲੈ ਕੇ ਜਾਂਦੇ ਪਿੰਡਾਂ ਦੇ ਵਿੱਚ ਲਈ ਕੋਈ ਚਾਹਲ ਪਿੰਡ ਦੇ ਵਿੱਚ ਲਈ ਕੋਈ ਪਹਾਣੇ ਵੱਲ ਦੀ ਕੋਈ ਕਿਤੋਂ ਦੀ ਕੋ ਕਿਤੋਂ ਦੀ ਮਤਲਬ ਇਹ ਵੀ ਲੋਕਾਂ ਦੀ ਖੱਜਲ ਖਵਾਰੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਮਰਨ ਵਰਤ ਸ਼ੁਰੂ ਕਰ ਲਿਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਰਕਾਰ ਜੇਕਰ ਮੰਗਾ ਨਹੀਂ ਮੰਨਦੀ ਫਿਰ ਅਸੀਂ ਮਰ ਹੀ ਜਾਣਾ ਤੇ ਪਤਾ ਲੱਗਾ ਵੀ ਮਰਨ ਵਰਤ ਦੇ ਦੂਜੇ ਤੀਜੇ ਨੇ ਉਹਨਾਂ ਦੀ ਸਿਹਤ ਦੇ ਵਿੱਚ ਵਿਗਾੜ ਆਇਆ ਪਤਾ ਲੱਗਾ ਵੀ ਡਾਕਟਰਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਹਨਾਂ ਨੂੰ ਇਲਾਜ ਵਾਸਤੇ ਲੈ ਕੇ ਜਾਣਾ ਪਰ ਡੱਲੇਵਾਲ ਹੋਰਾਂ ਨੇ ਕਿਹਾ ਕਿ ਨਹੀਂ ਬਿਲਕੁਲ ਨਹੀਂ ਜਾਣਾ ਅਸੀਂ ਇੱਥੇ ਹੀ ਬੈਠੇ ਰਹਿਣਾ ਮਸਲਾ ਜਿੰਨੀ ਦੇਰ ਤੱਕ ਹੱਲ ਨਹੀਂ ਹੁੰਦਾ ਓਨੀ ਦੇਰ ਤੱਕ ਅਸੀਂ ਕਿਤੇ ਵੀ ਜਾਣ ਵਾਲਿਆਂ ਦੇ ਵਿੱਚੋਂ ਨਹੀਂ ਆ ਕੀ ਡੱਲੇਵਾਲ ਖੁਰਾਨੀਆਂ ਕ ਮੰਗਾ ਮੰਨੀਆਂ ਜਾਣੀਆਂ ਕੀ ਡੱਲੇਵਾਲ ਖੁਰਾਨੀਆਂ ਕ ਮੰਗਾ ਹਾਲੇ ਤੱਕ ਜਾਣ ਬੁੱਝ ਕੇ ਨਹੀਂ ਮੰਨੀਆਂ ਜਾ ਰਹੀਆਂ ਕੀ ਇਸ ਤਰੀਕੇ ਨਾਲ ਸੜਕ ਦੇ ਉੱਤੇ ਬਹਿਣਾ ਵਾਜਬ ਆ ਕੀ ਇਹਦੇ ਨਾਲ ਆਮ ਲੋਕ ਜਿਹੜੇ ਕਿ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਕਿਸਾਨ ਸੀ ਜਦੋਂ ਉਦੋਂ ਹਰ ਵਰਗ ਉੱਥੇ ਪਹੁੰਚਿਆ ਉਸ ਵਰਗ ਦੇ ਮਨ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਕੋਈ ਮਾੜੀ ਭਾਵਨਾਤ ਨਹੀਂ ਆਉ ਕਿ ਤਾਂ ਯਾਰ ਕਿਤੇ ਵੀ ਬੈਠ ਜਾਂਦੇ ਤਾਂ ਰਾਹ ਦੇ ਵਿੱਚ ਬੈਠਣ ਲੱਗੇ ਇੱਕ ਸਕਿੰਟ ਲਾਉਂਦੇ ਆ ਇਹ ਬਹੁਤ ਸਾਰੇ ਸਵਾਲ ਆ ਜਿਨ੍ਹਾਂ ਦਾ ਉੱਤਰ ਸਮੇਂ ਨੇ ਦੇਣਾ ਪਰ ਹਾਂ ਮੇਰੀ ਨਿੱਜੀ ਤੌਰ ਤੇ رائے ਆ ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਵੀ ਹੋਵੋ ਕਿ ਬਹੁਤ ਸਾਰੇ ਲੋਕਾਂ ਨੇ ਭਾਵੇਂ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਈਸਾਈ ਜੈਨੀ ਬੋਧੀ ਸਭ ਨੇ ਦਿੱਲੀ ਦੇ ਵਿੱਚ ਬੈਠੇ ਹੋਏ ਕਿਸਾਨਾਂ ਦੀ ਮਦਦ ਕੀਤੀ ਹੈ ਬਦਾਮਾਂ ਦੇ ਨਾਲ ਵੀ ਉੱਥੇ ਸੌਗੀ ਵੀ ਮਿਲੀ ਆ ਉੱਥੇ ਮੱਕੀ ਦੀਆਂ ਰੋਟੀਆਂ ਵੀ ਮਿਲੀਆਂ ਉੱਥੇ ਅਲਸੀ ਦੀਆਂ ਪਿੰਨੀਆਂ ਵੀ ਮਿਲੀਆਂ ਪਰ ਉਸ ਤੋਂ ਬਾਅਦ ਅਸੀਂ ਉਸ ਸਾਰੇ ਵਰਗਾਂ ਨੂੰ ਨਾਲ ਜੋੜ ਕੇ ਚੱਲਣਾ ਅੱਜ ਵੀ ਤਰੀਕੇ ਦੇ ਵਿੱਚ ਧਰਨਿਆਂ ਦੇ ਕਰਕੇ ਵਾਰ-ਵਾਰ ਲੱਗਦੇ ਧਰਨਿਆਂ ਦੇ ਕਰਕੇ ਲੋਕ ਟੁੱਟ ਰਹੇ ਆ ਆਉਂਦੇ ਸਮੇਂ ਦੇ ਵਿੱਚ ਸਭ ਕੁਝ ਠੀਕ ਹੋਵੇ ਤੇ ਡੱਲੇਵਾਲ ਸਾਹਿਬ ਦੀ ਸਿਹਤ ਠੀਕ ਰਹੇ ਉਹਨਾਂ ਨੇ ਕਿ ਸਾਰਾ ਕੁਝ ਮੰਗਾ ਪ੍ਰਵਾਨ ਹੋਣ ਇਹਦੇ ਲਈ ਅਸੀਂ ਸਰਕਾਰ ਦੇ ਮੂਰੇ ਵੀ ਬੇਨਤੀ ਕਰਦੇ ਆਂ ਪਰ ਇੱਕ ਬੇਨਤੀ ਹੋਰ ਹੈ ਵੀ ਪੰਜਾਬ ਦੇ ਵਿੱਚ ਜੇਕਰ ਦੋ ਜਣੇ ਲੜਪੇ ਤਾਂ ਇੱਕ ਜਣਾ ਸੜਕ ਦੇ ਵਿੱਚ ਬਹਿ ਜਾਂਦਾ ਪੁਲਿਸ ਤੋਂ ਇਨਸਾਫ ਨਹੀਂ ਮਿਲਿਆ ਚਲੋ ਹਾਈਵੇ ਘੇਰ ਲਓ ਜੇਕਰ ਕਿਤੇ ਹੋਰ ਕੋਈ ਵਾਧਾ ਘਟਾ ਹੋ ਗਿਆ ਚਲੋ ਜੀ ਹਾਈਵੇ ਜਮ ਕਰ ਲਓ ਚਲੋ ਜੀ ਰੇਲਵੇ ਟਰੈਕ ਜਮ ਕਰ ਦਿਓ ਇਹਨਾਂ ਗੱਲਾਂ ਤੋਂ ਆਉਣੇ ਸਮੇਂ ਚ ਅਗਰੇਜ਼ ਕਰਨਾ ਪਊਗਾ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਿੱਪਣੀ ਜਗਜੀਤ ਸਿੰਘ ਡੱਲੇਵਾਲ ਹੋਣਾਂ ਦੀ ਸਿਹਤ ਲੰਘੇ ਕੱਲ ਖਰਾਬ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਕ ਉਹਨਾਂ ਨੇ ਮਰਦਵਰਤ ਸ਼ੁਰੂ ਕਰ ਦਿੱਤਾ ਹੈ ਕਿ ਜਿੰਨੀ ਦੇਰ ਤੱਕ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਹ ਇਸੇ ਤਰੀਕੇ ਦੇ ਨਾਲ ਸੜਕ ਦੇ ਉੱਤੇ ਬੈਠੇ ਰਹਿਣਗੇ ਤੇ ਇੱਥੇ ਹੀ ਆਪਣੇ ਪ੍ਰਾਨ ਤਿਆਗ ਦੇਣਗੇ ਜਦਕਿ ਦੂਜੇ ਪਾਸੇ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੇ ਇਲਾਜ ਦੀ ਗੱਲ ਕੀਤੀ ਗਈ ਪਰ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਇੱਥੇ ਵੀ ਦਸਲਾ ਬਣਦਾ ਕਿ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੀ ਜਥੇਬੰਦੀ ਦੇ ਆਗੂਆਂ ਦੇ ਵੱਲੋਂ ਉਹ ਮੰਗਾਂ ਜਿਹੜੀਆਂ ਕਿ ਸਰਕਾਰ ਦੇ ਵੱਲੋਂ ਮੰਨੀਆਂ ਗਈਆਂ ਪਰ ਜ਼ਮੀਨੀ ਤੌਰ ਤੇ ਲਾਗੂ ਨਹੀਂ ਕੀਤੀਆਂ ਗਈਆਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਾਸਤੇ ਸੰਘਰਸ਼ ਕੀਤਾ ਗਿਆ। ਪਰਾਲੀ ਦੀ ਸਾਮ ਸੰਭਾਲ ਦੇ ਮੁੱਦੇ ਦੇ ਉੱਤੇ ਲੰਬੀ ਸਿਕਨ ਦਾ ਮੁੱਦਾ, ਕਿਸਾਨੀ ਮਸਲੇ ਜਿਹਦੇ ਵਿੱਚ ਗੁਲਾਬੀ ਸੁੰਡੀ ਦੇ ਨਾਲ ਬਰਬਾਦ ਹੋਏ ਨਰਮੇ ਦੀ ਗੱਲ ਤੇ ਹੋਰ ਕਈ ਮਸਲਿਆਂ ਦੇ ਉੱਤੇ ਉਹਨਾਂ ਦੇ ਵੱਲੋਂ ਇਨਸਾਫ ਲੈਣ ਦੇ ਲਈ ਹੱਕ ਮੰਗਣ ਦੇ ਲਈ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਜਿਸ ਨੂੰ ਕਿ ਹਾਲ ਦੀ ਘੜੀ ਉਹਨਾਂ ਦੀ ਜਥੇਬੰਦੀ ਤੇ ਕੁਝ ਕੋ ਹੋਰ ਹਮਖਿਆਲ ਜਥੇਬੰਦੀਆਂ ਦੇ ਵੱਲੋਂ ਹੰਗਾਰਾ ਦਿੱਤਾ ਜਾ ਰਿਹਾ। ਉਉਂਦੇ ਸਮੇਂ ਦੇ ਵਿੱਚ ਇਹ ਸੰਘਰਸ਼ ਕਿਹੜਾ ਮੋੜ ਕੱਟੇਗਾ ਵਕਤ ਬਿਆਨ ਕਰੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਗਜੀਤ ਸਿੰਘ ਢੱਲੇਵਾਲ ਹੋ ਜਾਂ ਫਿਰ ਬਲਵੀਰ ਸਿੰਘ ਰਾਜੇਵਾਲ ਜਾਂ ਜੋਗਿੰਦਰ ਸਿੰਘ ਉਗਰਾਹਾ ਜਾਂ ਰੁਲਦੂ ਸਿੰਘ ਮਾਨਸਾ ਜਾਂ ਕਿਸੇ ਵੀ ਅਸੀਂ ਸਰਵਣ ਸਿੰਘ ਪੰਦੇਰ ਹੋਣੀ ਹੋਣ ਜਾਂ ਕੋਈ ਵੀ ਜਿਹੜਾ ਸੰਘਰਸ਼ ਕਰਨ ਵਾਲੇ ਕਿਸਾਨ ਆਗੂ ਆ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਅਸੀਂ ਡਾਕਟਰ ਦਰਸ਼ਨਪਾਲ ਦਾ ਵੀ ਸਤਿਕਾਰ ਕਰਦੇ ਹਾਂ ਬਾਕੀ ਜਿਹੜੀਆਂ ਮੋਤਬਰ ਸ਼ਖਸੀਅਤਾਂ ਉਹਨਾਂ ਦਾ ਵੀ ਕਰਦੇ ਹਾਂ ਉਦਾਹਰਨ ਇਹ ਆ ਕਿ ਅਸੀਂ ਸਭ ਨੂੰ ਸਿਰਫ ਕਿਸਾਨ ਦੇ ਤੌਰ ਤੇ ਦੇਖਦੇ ਆ ਸਾਨੂੰ ਇਸ ਗੱਲ ਦਾ ਦੁੱਖ ਹੁੰਦਾ ਕਿ ਕਿਸਾਨ ਜਿੱਥੇ ਬੰਦੀਆਂ ਪੰਜਾਬ ਦੀਆਂ ਬੱਤੀ ਬਣੀਆਂ ਪਈਆਂ ਜੇਕਰ ਇਹ 2 3 4 ਹੋਣ ਤਾਂ ਫਿਰ ਏਕੇ ਦੀ ਗੱਲ ਦੇ ਕਰਕੇ ਸਰਕਾਰ ਛੇਤੀ ਝੁਕੇ ਵੀ ਪਰ ਵੱਖ-ਵੱਖ ਕਾਰਨਾਂ ਦੇ ਕਰਕੇ ਵੱਖੋ-ਵੱਖਰੇ ਵਿਚਾਰ ਧਾਰਕ ਮਤ ਭੇਦਾਂ ਦੇ ਕਰਕੇ ਇਹ 30 ਤੋਂ ਵੱਧ ਜਦੋਂ ਜਥੇਬੰਦੀਆਂ ਬਣੀਆਂ ਇਹਨਾਂ ਦਾ ਪ੍ਰਭਾਵ ਵੀ ਘਟਿਆ ਇਹ ਗੱਲ ਮੰਨਣਯੋਗ ਆ ਦੂਜੀ ਗੱਲ ਇਹ ਆ ਵੀ ਇਸ ਵੇਲੇ ਪਤਾ ਨਹੀਂ ਕਿਹੜੇ ਕਾਰਨਾਂ ਜਿਹਦੇ ਕਰਕੇ ਸਰਕਾਰ ਦੇ ਵੱਲੋਂ ਹਲੇ ਤੱਕ ਡੱਲੇਵਾਲ ਸਾਹਿਬ ਦੀਆਂ ਮੰਗਾਂ ਮੰਨੀਆਂ ਨਹੀਂ ਗਈਆਂ ਜਿੱਥੇ ਬੰਦੀ ਦੀਆਂ ਮੰਗਾਂ ਹਲੇ ਤੱਕ ਪ੍ਰਵਾਨ ਨਹੀਂ ਹੋਈਆਂ ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਇਹ ਮੇਰਾ ਆਪ ਦਾ ਪ੍ਰਭਾਵ ਆ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਸਰਕਾਰ ਸ਼ਾਇਦ ਇਸ ਕਰਕੇ ਨਾ ਮੰਦੀ ਹੋਵੇ ਵੀ ਜੇਕਰ ਅੱਜ ਇਹਨਾਂ ਮੰਗਾਂ ਦੇ ਉੱਤੇ ਸਹੀ ਪਾਤੀ ਜਿਹੜੀ ਕਿ ਮੈਂ ਚਾਹੁੰਦਾ ਜੀ ਕਿ ਪੈ ਜਾਵੇ ਉਹ ਕਹਿੰਦੇ ਹੋਣੇ ਵੀ ਜੇਕਰ ਅੱਜ ਇਧਰਲੇ ਪਾਸੇ ਮੰਗਾਂ ਮੰਨ ਲਈਆਂ ਤੇ ਇਧਰ ਕਿਸਾਨ ਉੱਠ ਖੜੇ ਇੱਕ ਹੋਰ ਜਥੇਬੰਦੀ ਉੱਠ ਕੇ ਕਹੂਗੀ ਜੀ ਕਿ ਅਸੀਂ ਅਮਰਤਸਰ ਵਾਲੀ ਸੜਕ ਤੇ ਬੈਈਨੇ ਹੁਣ ਸਾਡੀਆਂ ਮੰਗਾਂ ਮੰਨੋ ਫਿਰ ਇੱਕ ਹੋਰ ਜਥੇਬੰਦੀ ਕਹੂਗੀ ਕਿ ਅਸੀਂ ਮੁਹਾਲੀ ਵਾਲੀ ਸੜਕ ਤੇ ਬੈਈਨੇ ਸਾਡੀਆਂ ਮੰਗਾਂ ਮੰਨੋ ਕੋਈ ਕਹੂ ਜੀ ਇਸ ਲੁਧਿਆਣੇ ਵਾਲੀ ਸੜਕ ਤੇ ਬੈਈਨੇ ਸਾਡੀਆਂ ਮੰਗਾਂ ਮੰਨੋ ਵੀ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਵੀ ਯਾਰ ਜੇਕਰ ਇਹਨਾਂ ਨੂੰ ਠਾਇਆ ਤਾਂ ਦੂਜੀ ਜਥੇਬੰਦੀ ਕਿਤੇ ਹੋਰ ਬੈਜੂ ਫਿਰ ਕੋਈ ਤੀਜਾ ਆਜੂ ਫਿਰ ਕੋਈ ਚੌਥਾ ਆਜੂ ਫਿਰ ਕੋਈ ਪੰਜਵਾਂ ਆਜੂ ਫਿਰ ਆਪਾਂ ਇਸੇ ਤਰੀਕੇ ਨਾਲ ਹੀ ਸੜਕਾਂ ਦੇ ਉੱਤੇ ਘਰਾਓ ਦਾ ਕੰਮ ਚੱਲਦਾ ਰਹੂਗਾ ਤੇ ਆਪਾਂ ਇੱਥੇ ਉਲਝਰੇ ਰਹਾਂਗੇ ਸ਼ਾਇ ਪਰ ਬੇਨਤੀ ਸਾਡੀ ਸਿਰਫ ਇਹ ਆ ਕਿ ਮੀਟਿੰਗ ਕਰਕੇ ਟੁਕਮਾਂ ਹਲਕੜਨਾ ਚਾਹੀਦਾ ਤੇ ਲੋਕਾਂ ਦੀ ਖਜਲ ਖੁਆਰੀ ਬੰਦ ਹੋਣੀ ਚਾਹੀਦੀ ਆ ਮੈਂ ਫੇਰ ਇਹ ਗੱਲ ਕਹਿਣਾ ਕਿ ਅਸੀਂ ਸਾਰੇ ਕਿਸਾਨ ਪਰਵਾਰਾਂ ਦੇ ਨਾਲ ਸਬੰਧਤ ਆ ਤੇ ਕਿਸਾਨ ਆਗੂਆਂ ਦਾ ਬਹੁਤ ਸਤਿਕਾਰ ਕਰਦੇ ਆ ਤੇ ਪ੍ਰਾਈਮੇਸ਼ੀਆ ਟੀਵੀ ਨੇ ਤਾਂ ਦੁਨੀਆ ਭਰ ਦੇ ਵਿੱਚ ਵਸਤੇ ਮੀਡੀਏ ਨੇ ਦਿੱਲੀ ਦੇ ਬਾਡਰਾਂ ਦੇ ਉੱਤੇ ਜਾ ਜਾ ਕੇ ਆਪਣਾ ਯੋਗਦਾਨ ਜਿੰਨਾ ਬਣਦਾ ਸਰਦਾ ਸੀ ਸਭ ਨੇ ਪਾਇਆ ਬਾਕੀ ਲੋਕਾਂ ਨੇ ਵੰਗੂ ਪਰ ਇਸ ਮੋੜ ਦੇ ਉੱਤੇ ਗੱਲ ਕਹਿਣੀ ਬਣਦੀ ਆ ਕਿ ਪੰਜਾਬ ਜਿੱਥੇ ਕਿ ਲੋਕ ਪਹਿਲਾਂ ਹੀ ਮਹਿੰਗਾਈ ਦੇ ਸਤਾਏ ਹੋਏ ਆ ਜਿੱਥੇ ਕਿ ਪੰਜਾਬ ਦੇ ਸਾਰੇ ਮਸਲੇ ਪਹਿਲਾਂ ਹੀ ਉਲਝੇ ਹੋਏ ਆ ਉਸ ਵਕਤ ਇਹ ਜਿਹੜੇ ਧਰਨੇ ਆ ਇਹ ਘਟਾਉਣੇ ਹੀ ਪੈਣਗੇ ਆਉਂਦੇ ਸਮੇਂ ਦੇ ਵਿੱਚ ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਨੇ ਗੱਲ ਕਹੀ ਕਿ ਧਰਨੇ ਦਾ ਪੰਜਾਬ ਦੇ ਵਿੱਚ ਕਰਵਾਜ ਬਣ ਗਿਆ ਧਰਨੇ ਨਹੀਂ ਲੱਗਣੇ ਚਾਹੀਦੇ ਜੇ ਲਾਉਣੇ ਆ ਤਾਂ ਮੰਤਰੀਆਂ ਦੇ ਘਰਾਂ ਦੇ ਮੂਹਰੇ ਵਿਧਾਇਕਾਂ ਦੇ ਘਰਾਂ ਮੂਹਰੇ ਪ੍ਰਸ਼ਾਸਨਿਕ ਅਧਿਕਾਰਾਂ ਦੇ ਦਫ਼ਤਰਾਂ ਦੇ ਮੂਹਰੇ ਲੱਗਣੇ ਚਾਹੀਦੇ ਆ ਤੇ ਮੈਂ ਨਿੱਜੀ ਤੌਰ ਤੇ ਇਸ ਗੱਲ ਦੇ ਨਾਲ ਸਹਿਮਤ ਆ ਵੀ ਆਮ ਲੋਕਾਂ ਨੇ ਥੋੜੀ ਮੰਗਾਂ ਬਣਣੀਆਂ ਮੰਗਾਂ ਬਣਣੀਆਂ ਸਰਕਾਰ ਨੇ ਨਹੀਂ ਮੰਨਦੀ ਸਰਕਾਰ ਨਹੀਂ ਮੰਨਦੀ ਮਿੱਠੀਆਂ ਗੋਲਗੰਦ ਦੀ ਸਰਕਾਰ ਦਿੰਦੀ ਆ ਖਜਲ ਆਮ ਲੋਕ ਹੁੰਦੇ ਆ ਸੋ ਆਮ ਲੋਕਾਂ ਦੀ ਖਜਲਤਾ ਹਰ ਮੋੜ ਦੇ ਉੱਤੇ ਬੰਦ ਹੋਣੀ ਚਾਹੀਦੀ ਆ ਜੇਕਰ ਕਿਸਾਨ ਕਿਸੇ ਕਰਕੇ ਖਜਲ ਹੋਣ ਉਹ ਵੀ ਗਲਤ ਆ ਕਿਸਾਨਾਂ ਕਰਕੇ ਕੋਈ ਖਜਲ ਹੋਵੇ ਉਹ ਵੀ ਗਲਤ ਆ ਸੋ ਬੇਨਤੀ ਇਹ ਆ ਕਿ ਸਰਕਾਰ ਛੇਤੀ ਮੰਗਾ ਮੰਨੇ ਧੰਨੇਵਾਲ ਸਾਹਿਬ ਤੰਦਰੁਸਤ ਰਹਿਣ ਜਥੇਬੰਦੀ ਚੜ੍ਹਦੀ ਕਲਾ ਚ ਰਵੇ ਸਾਰੀਆਂ ਜਥੇਬੰਦੀਆਂ ਇੱਕ ਹੋ ਜਾਣ ਆਉਂਦੇ ਸਮੇਂ ਦੇ ਵਿੱਚ ਇਹਦੀ ਅਸੀਂ ਕਾਮਨਾ ਕਰਦੇ ਆ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਮੈਂ ਨਹੀਂ ਕਹਦਾ ਵੀ ਸਾਰੇ ਲੋਕਾਂ ਦੇ ਆਉਂਦੇ ਆ ਪਰ ਜਿਹਦਾ ਨਹੀਂ ਆਉਂਦਾ ਉਹ ਕਈ ਵਾਰੀ ਰੌਲਾ ਵੀ ਬਹੁਤ ਪਾਉਣਾ ਵੀ ਸਾਡਾ ਕਦੋਂ ਆ ਪਰ ਜਿਨ੍ਹਾਂ ਦੀ ਆਏ ਆ ਭਾਈ ਉਹਦੀ ਵੀ ਗੱਲ ਕਰਨੀ ਚਾਹੀਦੀ ਆ ਮੈਂ ਇਹ ਗੱਲ ਕਦੇ ਨਹੀਂ ਕਹਦਾ ਵੀ ਸਾਰੇ ਲੋਕਾਂ ਨੂੰ ਹਰ ਸਹੂਲਤ ਮਿਲਦੀ ਆ ਕਈ ਗਲਤ ਲੋਕ ਸਹੂਲਤ ਲੈ ਜਾਂਦੇ ਆ ਕਈ ਕਾਬਲ ਲੋਕ ਆ ਜਿਹੜੇ ਜਿਨ੍ਹਾਂ ਨੂੰ ਮਿਲਣੀ ਚਾਹੀਦੀ ਸਹੂਲਤ ਉਹਨੂੰ ਨਹੀਂ ਵੀ ਮਿਲਦੀ ਪਰ ਆਪਾਂ ਨਿੱਕੀਆਂ ਨਿੱਕੀਆਂ ਗਰਜਾਂ ਦੀ ਖਾਤਰ ਨਿੱਕੇ ਨਿੱਕੇ ਸਵਾਰਥਾਂ ਦੀ ਖਾਤਰ ਕਿਸ ਤਰੀਕੇ ਨਾਲ ਵੰਡੇ ਜਾਂਦੇ ਆ ਤੇ ਕਿਵੇਂ ਆਪਦਾ ਜਲੂਸ ਆਪੇ ਕੱਢ ਲੈਨੇ ਆ ਤੇ ਕਿਵੇਂ ਅਸੀਂ ਲਾਲਚ ਦੇ ਪਾਵੇ ਨਾਲ ਭੱਜੇ ਹੋਏ ਉਹ ਵੱਲੀਆਂ ਗੱਲਾਂ ਕੱਢ ਮਾਰਦੇ ਆ ਇਹਦੀ ਉਦਾਹਰਨ ਮਿਲਦੀ ਆ ਜੀ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਫਰਵਰੀ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਪੰਜਾਬ ਦੇ ਵਿੱਚ 75000 ਤੋਂ ਵੱਧ ਪਿਛਲੇ ਵਰਿਆਂ ਦੇ ਮੁਕਾਬਲ ਤਨ ਲੋਕਾਂ ਨੇ ਕਨੈਕਸ਼ਨ ਨਵੇਂ ਅਪਲਾਈ ਕੀਤੇ ਆ ਉਹਦਾ ਕਾਰਨ ਇਹ ਆ ਕਿ ਇੱਕ ਟੱਬਰ ਦੇ ਵਿੱਚ 600 ਯੂਨਟ ਬਿਜਲੀ ਮਾਫ ਆ ਦੋ ਮਹੀਨਿਆਂ ਦੀ ਤੇ ਕਈਆਂ ਦੀ 700 ਯੂਨਟ ਮੱਚਦੀ ਬਿਜਲੀ ਕਈਆਂ ਦੀ 800 ਯੂਨਟ ਮੱਚਦੀ ਆ ਉਹਨਾਂ ਨੇ ਕੀ ਵਿਚਾਰ ਲਾ ਰਸਤਾ ਕੱਢਿਆ ਵੀ ਹੈਗੇ ਭਰਾ ਇਕੱਠੇ ਆ ਭੈਣ ਭਾਈ ਇਕੱਠੇ ਆ ਪਿਓ ਪੁੱਤ ਇਕੱਠੇ ਆ ਮਾਮਾ ਧੀਆ ਇਕੱਠੀਆਂ ਕਈ ਥਾਵਾਂ ਤੇ ਪਰ ਉਹਨਾਂ ਨੇ ਨਵਾਂ ਬੀਟਰ ਲਗਾਉਣ ਦੇ ਲਈ ਵੀ 600 ਯੂਨਟ ਉਧਰ ਵੀ ਮਾਫ ਹੋ ਜੇ ਉਹਨਾਂ ਨੇ ਈਪ ਐਪਲੀਕੇਸ਼ਨ ਦੇਣੀ ਸ਼ੁਰੂ ਕਰਤੀ ਕਿ ਸਾਡੀ ਇਸ ਵੇਲੇ ਸੁਰ ਨਹੀਂ ਮਿਲਦੀ ਅਸੀਂ ਆਪਣੇ ਮਾਪਿਆਂ ਤੋਂ ਅੱਡਾਂ ਅਸੀਂ ਭਰਾਵਾਂ ਤੋਂ ਅੱਡਾਂ ਉਹਨਾਂ ਨੂੰ ਇਹ ਆ ਵੀ 1 ਮੀਟਰ ਥੱਲੇ ਲੱਗਿਆ 1 ਮੀਟਰ ਉੱਤੇ ਲੱਗ ਜਾਊਗਾ 600 ਯੂਨਟ ਉਹਦੀ ਬਿਜਲੀ ਮਾਫ 600 ਇਹਦੀ ਮਾਫ ਤੇ ਫਿਰ 1200 ਯੂਨਟ ਇਸ ਤਰੀਕੇ ਨਾਲ ਬਿਜਲੀ ਮਾਫੀ ਮਿਲ ਜੂਗੀ ਪਰ ਆਪਾਂ ਕਿਰਦਾਰ ਪੱਖੋਂ ਕਿੱਥੇ ਜੇ ਖੜੇ ਆਂ ਸਵਾਲ ਸਿਰਫ ਇਹ ਵੀ ਕਿਰਦਾਰ ਸਾਡਾ ਕੀ ਆ ਸਾਡੇ ਕਿਰਦਾਰ ਵੀ ਮਰ ਗਏ ਆ ਸਾਡੇ ਕਿਰਦਾਰ ਦਾ ਭੋਗ ਪੈ ਚੁੱਕਿਆ ਸਾਡੇ ਕਿਰਦਾਰਾਂ ਨੇ ਕਿਹਾ ਵੀ ਬਰਸੀਆਂ ਮਨਾਇਆਂ ਜਾਂਦੀਆਂ ਅਸੀਂ ਕਹਿਣ ਨੂੰ ਆ ਵੀ ਭਾਈ ਇਮਾਨਦਾਰ ਹਾਂ ਅਸੀਂ ਆ ਹਾਂ ਸਾਨੂੰ ਇੱਥੇ 100 ਰੁਪਏ ਦੀ ਚੀਜ਼ ਮਿਲਦੀ ਹੋਵੇ ਅਸੀਂ ਤਾਂ ਆਪਦੇ ਆਪ ਨੂੰ ਖੂ ਖਾ ਕੇ ਟੁੱਟਣ ਨੂੰ ਫਿਰਦੇ ਆ ਇਹਨਾਂ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਤਾਬਲ ਲੋਕ ਯੋਗ ਲੋਕ ਆ ਜਿਹੜੇ ਜਿਨ੍ਹਾਂ ਨੂੰ ਸਹੂਲਤਾਂ ਦੀ ਲੋੜ ਆ ਵੱਡ ਤੋਂ ਵੱਧ ਸਹੂਲਤ ਮਿਲਣੀ ਚਾਹੀਦੀ ਆ ਪਰ ਬਾਕੀਆਂ ਨੂੰ ਕੋਈ ਸਹੂਲਤ ਨਹੀਂ ਮਿਲਣੀ ਚਾਹੀਦੀ ਜਿਹੜੇ ਕਿ ਸਰਦੇ ਪੁਜਦੇ ਲੋਕ ਆ ਸੰਖੇਪ ਦੇ ਵਿੱਚ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਿੱਪਣੀ ਪਹਿਲੀ ਜੁਲਾਈ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 600 ਯੂਨਟ ਬਿਜਲੀ ਦੀ ਮਾਫੀ ਦਿੱਤੀ ਆ ਇਕੱਲੇ ਜੁਲਾਈ ਮਹੀਨੇ ਦੇ ਵਿੱਚ ਨਵੇਂ ਕਨੈਕਸ਼ਨ ਲੈਣ ਵਾਲੇ 38064 ਲੋਕਾਂ ਨੇ ਅਪਲਾਈ ਕੀਤਾ ਜਦੋਂ ਕਿ ਇਹ ਗਿਣਤੀ ਪਿਛਲੇ ਵਰੇ 27778 ਸੀ ਜੁਲਾਈ ਮਹੀਨੇ ਦੇ ਵਿੱਚ ਪਿਛਲੇ ਸਾਲ ਨਾਲੋਂ 10300 ਦਰਖਾਸਤਾਂ ਵੱਧ ਆਈਆਂ ਸਤੰਬਰ 2022 ਦੇ ਵਿੱਚ 34000 ਲੋਕਾਂ ਨੇ ਨਵੇਂ ਮੀਟਰ ਲਵਾਉਣ ਦੇ ਲਈ ਪਹੁੰਚ ਕੀਤੀ ਹੈ ਜਦਕਿ ਸਤੰਬਰ 2021 ਦੇ ਵਿੱਚ ਇਹ ਅੰਕੜਾ 24000 ਦਰਖਾਸਤਾਂ ਦਾ ਸੀ ਸਤੰਬਰ ਮਹੀਨੇ ਵਿੱਚ 10000 ਦਰਖਾਸਤਾਂ ਵੱਧ ਆਈਆਂ ਨੇ ਦੁਆਬੇ ਦੇ ਵਿੱਚ ਇਹ ਰੁਝਾਨ ਕਾਫੀ ਮਠਾ ਮਾਲਵਾ ਇਸ ਮਾਹਵਲੇ ਚ ਸਭ ਤੋਂ ਮੋਰੀ ਹੈ ਪੱਛਮੀ ਜ਼ੋਨ ਦੇ ਵਿੱਚ ਪੈਂਦੇ ਚਾਰ ਸਰਕਲਾਂ ਵਿੱਚ ਨਵੇਂ ਕਨੈਕਸ਼ਨ ਲੈਣ ਦੇ ਚਾਹਵਨਾਂ ਦੀ ਗਿਣਤੀ ਦੇ ਵਿੱਚ 65% ਦੀ ਵਾਧਾ ਹੋਇਆ ਜਦੋਂ ਕਿ ਸਰਹੱਦੀ ਜ਼ੋਨ ਦੇ ਵਿੱਚ ਪੈਂਦੇ ਸਰਕਲਾਂ ਵਿੱਚ 39% ਦੀ ਵਾਧਾ ਹੋਇਆ ਸਭ ਤੋਂ ਘੱਟ ਉੱਤਰੀ ਜ਼ੋਨ ਦੇ ਵਿੱਚ 17% ਦੀ ਨਵੀਆਂ ਦਰਖਾਸਤਾਂ ਆਈਆਂ ਨੇ ਪਾਵਰ ਕੌਮ ਦੇ ਅਧਿਕਾਰੀ ਕਹਿੰਦੇ ਨੇ ਕਿ ਨਿਯਮ ਅਖਦੇ ਨੇ ਕਿ ਜੇਕਰ ਇੱਕੋ ਘਰ ਦੇ ਵਿੱਚ ਕੋਈ ਦੂਜੀ ਰਸੋਈ ਦਾ ਪ੍ਰਬੰਧ ਹੈ ਤਾਂ ਨਵੇਂ ਕਨੈਕਸ਼ਨ ਖਪਤਕਾਰ ਲੈ ਸਕਦੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੋਈ ਇਸ ਵੇਲੇ ਸਰਦਾ ਪੁੱਜਦਾ ਮਰਸੀਡੀਜ਼ ਗੱਡੀ ਦੇ ਉੱਤੇ 2 ਰੁਪਏ ਕਿਲੋ ਵਾਲੀ ਕਣਕ ਲੈਣ ਜਾਂਦਾ। ਕੋਈ ਇਸ ਵੇਲੇ ਸਰਦਾ ਪੁੱਜਦਾ ਜਿਹੜਾ ਉਹ ਚਾਹੁੰਦਾ ਜੀ ਕਿ ਮੈਨੂੰ ਭਾਈ ਆਹ ਵੀ ਚੀਜ਼ ਮੁਫਤ ਮਿਲ ਜੇ ਮੇਰੇ ਬਿਜਲੀ ਵੀ ਮaaf ਹੋਵੇ ਮੇਰੀ ਆਹ ਵੀ ਚੀਜ਼ ਮaaf ਹੋਵੇ ਮੇਰਾ ਆਹ ਵੀ ਮaaf ਹੋਵੇ। ਯਾਰ ਆਪਾਂ ਰੱਜਾਂਗੇ ਕਦੋਂ? ਕਦੇ ਕਿਸੇ ਬੰਦੇ ਨੇ ਇਸ ਗੱਲ ਦਾ ਸ਼ੁਕਰਾਨਾ ਕੀਤਾ ਵੀ ਭਾਈ ਮੇਰੇ ਕੋਲੇ ਰੱਬ ਨੇ ਦਿੱਤਾ ਬਹੁਤ ਆ। ਮੈਨੂੰ ਕੋਈ ਸਰਕਾਰ ਤੋਂ ਸਹੂਲਤ ਨਹੀਂ ਚਾਹੀਦੀ। ਪਤਾ ਹੀ ਨਹੀਂ ਕਿਉਂ ਅਸੀਂ ਹੱਕ 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 ਦੇ ਦਿਓ ਹੱਕ ਦੇ ਦਿਓ ਮੇਰਾ ਤੇ ਫਰਜ਼ਾਂ ਵੇਲੇ ਸਾਰੇ ਭਜ ਜਾਣੇ ਆ। ਇਮਾਨਦਾਰ ਸਰਕਾਰਾਂ ਚੁੜੀਆਂ ਜਾਣ। ਇਦੇ ਲਈ ਵੀ ਸਾਨੂੰ ਕੋਸ਼ਿਸ਼ਾਂ ਕਰਨੀਆਂ ਪੈਣੀਆਂ ਤੇ ਉਹਦੇ ਲਈ ਸਭ ਤੋਂ ਪਹਿਲਾਂ ਆਪ ਹੀ ਇਮਾਨਦਾਰ ਹੋਣਾ ਪੈਣਾ ਸੋ ਜਦੋਂ ਅਸੀਂ ਆ ਗੱਲ ਕਰਦੇ ਹਾਂ ਲੋਕਾਂ ਦੇ ਉੱਤੇ ਕਿਹੜਾ ਬੇਈਮਾਨੀ ਨਹੀਂ ਹੁੰਦੀਗਾ ਅਰਬਾਂ ਰੁਪਈਏ ਦੇ ਘੁਟਾਲੇ ਹੁੰਦੇ ਆ ਜਿਹੜੇ ਉਹ ਘੁਟਾਲੇ ਕਰਦੇ ਆ ਉਹ ਤਾਂ ਉਹੋ ਕਰਦੇ ਤੇ ਆਪਣਾ ਹੱਥ ਜਿੱਥੇ ਪੈਂਦਾ ਆਪਾਂ ਵੀ ਤਾਂ ਉੱਥੇ ਕਰ ਹੀ ਜਾਂਦੇ ਆ ਇਮਾਨਦਾਰ ਸਭ ਨੂੰ ਹੋਣਾ ਚਾਹੀਦਾ ਉਤਲਿਆਂ ਨੂੰ ਵੀ ਤੇ ਸਾਡੇ ਵਰਗੇ ਸਧਾਰਨ ਲੋਕਾਂ ਨੂੰ ਵੀ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ